ਪੰਜਾਂ ਬੰਦੇ ਦਾ ਪੁੱਤਰ ਤੈਨੂੰ ਬਣਾ ਦਿਆਂਗਾ ਮੈਂ ਬੰਦੇ ਦਾ ਪੁੱਤਰ ਪ੍ਰਧਾਨ ਤੂੰ ਸਾਈਨਿੰਗ ਪਾਵਰ ਤੂੰ ਤਾਂ ਵੀ ਤੇਰੇ ਕੋਲੋਂ ਗੁਰਦੁਆਰੇ ਖਾ ਲੈਗੇ ਫਿਰ ਤੂੰ ਦਫ਼ਾ ਫਿਰ ਮਾਰ ਕੇ ਅਸਤੀਫ਼ਾ ਕਿਉਂ ਨੀ ਦਿੰਦਾ ਨਾਢਾ ਸਾਹਿਬ ਗੁਰਦੁਆਰੇ 5 ਲੱਖ ਦਾ ਖਰਚਾ ਇਸ ਰਮੇਸ਼ ਮਾਨ ਜੀ ਇੰਚਾਰਜ ਬਣੇ ਤੇ 25 ਲੱਖ ਦਾ ਖਰਚਾ ਹੋ ਗਿਆ 75 ਲੱਖ ਰੁਪਇਆ ਖੁਰਦ ਬੁਰਦ ਕਰਤਾ ਰਮੇਸ਼ ਮਾਨ ਨੇ ਮੀਨਰ ਸਿੰਘ ਨੇ ਪੰਜੋਖਰਾ ਸਾਹਿਬ ਲੱਖਾਂ ਰੁਪਏ ਸਮਾਗਮਾਂ ਤੇ ਲਾਏ ਤੇ ਖੁਰਦ ਬੁਰਦ ਕਰਤੇ ਇਹਨਾਂ ਤੇ ਸਾਰਾ ਕੁਝ ਖਾ ਗਏ ਤਾਂ ਰੋਂਦੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਤੁਸੀਂ ਐਗਜ਼ੈਕਟਿਵ ਤੋਂ ਇਹਨਾਂ ਨੂੰ ਹਟਾਇਆ ਸੀ ਇਸ ਬੰਦੇ ਨੂੰ ਦਿੱਕਤ ਹੈ ਕਿ ਗੁਰੂ ਘਰ ਦੇ ਸਮਾਗਮਾਂ ਤੇ ਵਿਨਰ ਸਿੰਘ ਨੇ ਪੈਸਾ ਲਾਇਆ ਤੇ ਰੋ ਰਿਹਾ ਸਮਾਗਮ ਬੰਦਾ ਦੇ ਬਣ ਤੈਨੂੰ ਸ਼ਰਮ ਨੀ ਆਈ ਕਿ ਤੂੰ ਆਪਣੇ ਆਪਣੇ ਐਗਜ਼ੈਕਟਿਵ ਮੈਂਬਰਾਂ ਦੇ ਪਿੱਠ ਚ ਛੁਰਾ ਮਾਰ ਗਿਆ ਗੁਰਬਖਸ਼ ਸਿੰਘ ਵਰਗਿਆਂ ਨੇ ਤੇਰਾ ਨਾਂ ਲਿਆ ਜਾ ਕੇ ਤੈਨੂੰ ਸ਼ਰਮ ਨੀ ਆਈ ਯਾਰ ਕਿਵੇਂ ਦੀ ਗੱਲਾਂ ਕਰਦਾ ਕਦੀ ਕਦੀ ਕਮੇਟੀ ਚ ਕਦੀ ਤੂੰ ਪੰਜਾਬ ਦੀ ਕਮੇਟੀ ਚ ਯਾਰ ਇੱਕ ਪਾਸੇ ਡਿੱਗ ਤੇ ਜਾ ਰਮਨੀਕ ਮਾਨ ਨੇ ਮਨਾ ਕਰਤਾ ਇਸ ਕਰਕੇ ਹਟਾ ਤਾ ਸਾਰੇ ਗੁਰਦੁਆਰੇ ਖਾ ਰਿਹਾ ਮੈਂ ਤੁਹਾਨੂੰ ਡਿਟੇਲ ਦਿਆਂਗਾ ਗੁਰਦੁਆਰੇ ਇਨਕੁਆਰੀ ਕਰਾ ਕੇ ਡਿਟੇਲ ਦਿਆਂਗਾ ਡਿਟੇਲ ਤੁਹਾਨੂੰ ਸਾਰੇ ਦੁਨੀਆਂ ਨੂੰ ਡਿਟੇਲ ਵਿਖਾਵਾਂਗਾ ਅੱਛਾ ਇੱਕ ਐਲੀਗੇਸ਼ਨ ਇਹ ਹੋਰ ਲਾ ਰਹੇ ਨੇ ਇੱਕ ਮਿੰਟ ਅਸਾਨ ਸਾਹਿਬ ਕਿ ਜੀਂਦ ਤੇ ਗੁਰਦੁਆਰਾ ਸਾਹਿਬ ਤੋਂ 10 ਲੱਖ ਰੁਪਈਆ ਖੇਤੀ ਦੇ ਖਰਚਿਆਂ ਦੇ ਵਿੱਚ ਤੁਸੀਂ ਨਜਾਇਜ਼ ਪਾਉਂਦੇ ਹੋ ਭਾਜੀ ਜਿਹੜੇ ਖਰਚੇ ਪੈਂਦੇ ਨੇ ਉਹ ਹਰ ਸਾਲ ਪੈਂਦੇ ਨੇ ਜੰਮੂ ਦੇ ਦੱਸੇ ਇਹ ਐਡਾ ਵੱਡਾ ਜਿਹੜਾ ਸਾਫ ਸੁਥਰਾ ਪ੍ਰਧਾਨ ਦੂ ਝਨਾਤਾ ਬਣ ਰਿਹਾ 10 ਲੱਖ ਰੁਪਏ ਦੀ ਮਹੀਨੇ ਦੀ ਕਿਹੜੀ ਲੇਬਰ ਏ ਕਿਹੜੀ ਲੇਬਰ ਹੈ ਜਿਹੜੀ 10 ਲੱਖ ਰੁਪਏ ਦੀ ਲੱਗਦੀ ਹੈ ਤੁਹਾਨੂੰ ਇਨਕੁਆਰੀ ਕਰਾ ਤੁਹਾਨੂੰ ਇਨਕੁਆਰੀ ਕਰਨ ਕਿੱਥੇ ਦਿੰਦਾ ਇਨਕੁਆਰੀ ਕਰਨ ਲੱਗੇ ਸੀ ਤਾਂ ਹੀ ਤੂੰ ਢਾਤਾ ਅਗਲੇ ਨੂੰ ਤੇਰੀ ਇਨਕੁਆਰੀ ਖੋਲ ਕੀਤੀ ਉਹਨੇ ਸਾਰੀ ਤਾਂ ਹੀ ਤੂੰ ਭੱਜਿਆ ਭੁਪਿੰਦਰ ਸਿੰਘ ਸੰਤ ਤੂੰ ਭੱਜਿਆ ਕਿਉਂ ਇਹ ਤੇਰੀ ਇਨਕੁਆਰੀ ਸੀ ਤਾਂ ਹੀ ਰਮਨੀਕ ਮਾਨ ਨੂੰ ਉਤਾਰਿਆ ਤੂੰ ਨਾ ਉਤਾਰਦਾ ਅੜਿਆ ਰਹਿੰਦਾ ਜਿੱਥੇ ਮਰਜ਼ੀ ਬਿਠਾ ਲੈ ਜਿਹੜੇ ਮਰਜ਼ੀ ਗੁਰਦੁਆਰੇ ਲਿਆ ਕਿਹੜੇ ਗੁਰਦੁਆਰੇ ਆਣਾ ਹੀ ਅੱਛਾ ਫਿਰ ਪਹਿਲੀ ਐਗਜ਼ੈਕਟਿਵ ਦਾ ਮਤਾ ਆਡਿਟ ਵੀ ਕਿਉਂ ਨੀ ਕਰਾਇਆ ਜੀ ਇਹਨੇ ਮਤਾ ਕਿਉਂ ਨੀ ਚੜ੍ਹਨ ਦਿੱਤਾ ਮੈਂ ਜਾਂਚ ਕਰਾਵਾਂਗਾ ਤੈਨੂੰ ਪਤਾ ਹੀ ਨਹੀਂ ਤੂੰ ਨੋਲੇਜ ਨਹੀਂ ਗੁਰਦੁਆਰੇ ਖਾ ਗਿਆ ਇੰਚਾਰਜ ਬਣ ਕੇ ਇਹ 1.5 ਸਾਲ ਮੇਰੀ ਇੱਕ ਗੱਲ ਸੁਣ 1.5 ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਅਸਾਂ ਸਾਹਿਬ ਖਾਤੇ ਦਾ ਆਡਿਟ ਹੋਇਆ ਕਿ ਨਹੀਂ ਹੋਇਆ 1.5 ਸਾਲ ਦਾ ਕੈਰੀਅਰ ਪ੍ਰਧਾਨ ਤੂੰ ਸਾਈਨਿੰਗ ਪਾਵਰ ਤੂੰ ਤਾਂ ਵੀ ਤੇਰੇ ਕੋਲੋਂ ਗੁਰਦੁਆਰੇ ਖਾ ਜਾਏਗੇ ਫਿਰ ਤੂੰ ਦਫਾ ਫਿਰ ਮਾਰ ਕੇ ਅਸਤੀਫਾ ਕਿਉਂ ਨਹੀਂ ਦਿੰਦਾ ਜੇ ਤੇਰੇ ਕੋਲ ਪ੍ਰਧਾਨਗੀ ਦੀ ਤਾਂ ਵੀ ਗਈ ਤੈਨੂੰ ਕੱਢ ਨਹੀਂ ਦਿੱਤਾ ਹੈ ਤੈਨੂੰ ਕੱਢ ਜੂ ਦਿੱਤਾ ਅਸਾਂ ਗੁਰਦੁਆਰੇ ਤੈਨੂੰ ਤਾਂ ਸਾਰੇ ਨਹੀਂ ਕੱਢਦਾ ਮੈਨੂੰ ਕੀ ਕੱਢਦਾ ਮੈਨੂੰ ਉਹ ਮੇਰੀ ਗੱਲ ਸੁਣ ਇਹ ਪਾਇਆ ਨਾ ਤੂੰ ਮੈਨੂੰ ਪਾਇਆ ਸੀ ਪੈਰ ਹੀ ਹੱਥ ਲਾ ਕੇ ਨੱਕਾ ਰਗੜ ਕੇ ਤੂੰ ਪ੍ਰਧਾਨ ਬਣਿਆ ਤੈਨੂੰ ਤੁਸੀਂ ਵੀ ਐਗਜ਼ੈਕਟਿਵ ਪ੍ਰਧਾਨ ਨਹੀਂ ਬਣਾਇਆ ਮੈਂ ਨਾ ਪੈਰ ਹੀ ਹੱਥ ਲਾਇਆ ਹੈ ਮੈਨੂੰ ਸਰਕਾਰ ਨੇ ਮਾਨ ਦੇ ਮਨੋਹਰ ਲਾਲ ਜੀ ਨੇ ਨੱਕਾ ਰਗੜ ਕੇ ਤਾਂ ਤੂੰ ਪ੍ਰਧਾਨ ਬਣਿਆ ਤੈਨੂੰ ਕਿਹੜੀ ਐਗਜ਼ੈਕਟਿਵ ਚ ਪ੍ਰਧਾਨ ਬੰਦਾ ਸੀ ਚਲੋ ਚਲੋ ਆਪਾਂ ਅਨੁਰੋਧ ਕੀਤਾ ਮੈਂ ਨੱਕ ਤੂੰ ਰਗੜਨਾ ਮੇਰੇ ਕੋਲ ਉਹ ਤਰਲੇ ਲਈ ਮੈਂ ਤੇ ਦੱਸਦੇ ਤੇਰੇ ਅੱਗੇ ਰਗੜੀ 30 ਸਾਲ ਮੇਰੀ ਉਮਰ ਤੇਰਾ 30 ਸਾਲ ਦਾ ਤਜਰਬਾ ਤੂੰ ਫੇਲ ਹੋ ਗਿਆ ਯਾਰ ਤੇਰੀ 30 ਸਾਲ ਦੀ ਤਜਰਬੇ ਦੀ ਉਮਰ ਚੋਂ ਤੇਰੇ ਕੋਲ ਕਿਹੜੇ ਬੰਦਾ ਕੋਈ ਗੁਰਦੁਆਰਾ ਖਾ ਗਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਚਲੋ ਠੀਕ ਹੈ ਪਰ ਵਿਨਰ ਜੀ ਆਪ ਭੁਪਿੰਦਰ ਸਿੰਘ
ਚੰਦ ਕਹਿ ਰਹੇ ਨੇ ਕਿ ਹਰ ਤਰ੍ਹਾਂ ਦੀ ਜਾਂਚ ਕਰਾਉਣ ਲਈ ਤਿਆਰ ਨੇ, ਵੀ ਕੋਈ ਵੀ ਜਾਂਚ ਕਰਾ ਲਈ ਜਾਵੇ, ਹਰ ਤਰ੍ਹਾਂ ਦੀ ਜਾਂਚ ਕਰਾਉਣ ਲਈ ਤਿਆਰ ਨੇ ਉਹ। ਭਾਜੀ ਇਹ ਕਹਿੰਦਾ ਹੀ ਹੈ ਐਗਜ਼ੈਕਟਿਵ ਦਾ ਪਹਿਲਾ ਮਤਲਬ ਫੋਰੈਂਸਿਕ ਆਡੀਟੀ ਸੀ ਜੋ ਇਹਨੇ ਪਾਸ ਨਹੀਂ ਹੋਣ ਦਿੱਤਾ। ਸੁਣੋ ਅਸੀਂ ਜਾਂਚ ਕਰਾਓ, ਤੁਸੀਂ ਗੱਲ ਛੱਡੋ, ਜਾਂਚ ਕਰਾਓ, ਚਾਰ ਗੁਣਾ ਤੂੰ ਖਾ ਲੈਣੇ ਸ਼ਰਮ ਤੇ ਕਰ ਯਾਰ। ਚਲੋ ਚਲੋ ਆਪਾਂ ਥੋੜੀ ਜਿਹਾ ਭਾਸ਼ਾ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।